ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਵਿੱਚ ਹੋਏ ਆਤੰਕੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਦੇ ਵਿੱਚ ਚੱਲ ਰਹੇ ਆਤੰਕੀ ਸ਼ਿਵਰਾਂ ਦੇ ਉੱਤੇ ਹਮਲਾ ਕੀਤਾ ਗਿਆ। ਉਸ ਤੋਂ ਬਾਅਦ ਅੱਜ ਦੀ ਜੇ ਗੱਲ ਕੀਤੀ ਜਾਵੇ ਪੂਰੀ ਭਾਰਤ ਅਤੇ ਪਾਕਿਸਤਾਨ ਸੀਮਾ ਦੇ ਉੱਤੇ ਤਣਾਅ ਬਣਿਆ ਹੈ ਅਤੇ ਇਸ ਦੇ ਮੱਦੇਨਜ਼ਰ ਸੂਬੇ ਦੇ ਵਿੱਚ ਹਾਈ ਅਲਰਟ ਕੀਤਾ ਹੋਇਆ ਅਤੇ ਅਸੀਂ ਖੜ੍ਹੇ ਹਾਂ ਜਲੰਧਰ ਦੇ PAP ਚੌਂਕ ਤੋਂ ਕੁਝ ਮੀਟਰ ਪਿੱਛੇ। ਅਸੀਂ ਇਹ ਹੁਣ ਦੇਖਣਾ ਚਾਹਾਂਗੇ ਕਿ ਹਾਈ ਅਲਰਟ ਜਿਹੜਾ ਹੋਇਆ ਹੈ ਕਿ ਇੱਥੇ ਸਾਡੀ ਨਾਕਾਬੰਦੀ ਕੀਤੀ ਹੋਈ ਹੈ, ਪੁਲਿਸ ਵੱਲੋਂ ਕੀਤੀ ਹੋਈ ਹੈ, ਜਲੰਧਰ ਦੀ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੈ, ਕਿੰਨੀ ਕੁ ਸੁਚੇਤ ਹੈ ਪੁਲਿਸ ਇਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਉਹ ਸਾਹਮਣੇ ਦੇਖ ਸਕਦੇ ਹੋ ਕੁਝ ਹੀ ਮੀਟਰ ਮਤਲਬ 200-250 ਮੀਟਰ ਦੀ ਦੂਰੀ 'ਤੇ PAP ਚੌਂਕ ਹੈ ਅਤੇ ਅਸੀਂ ਇੱਦਾਂ ਹੀ ਲਾਈਵ ਚੱਲਦੇ ਹੋਏ ਤੁਹਾਨੂੰ ਦਿਖਾਵਾਂਗੇ ਕਿ ਜਲੰਧਰ ਪੁਲਿਸ ਸਾਨੂੰ ਨਾਕੇ 'ਤੇ ਜਾਂ ਜੇ ਉੱਥੇ ਕੋਈ ਨਾਕਾ ਲੱਗਿਆ ਰੋਕੇਗੀ ਜਾਂ ਨਹੀਂ। ਅਸੀਂ ਹੁਣ ਤੁਹਾਨੂੰ ਇਹੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਹੁਣ ਜਲੰਧਰ ਦੇ ਮੁੱਖ ਜਿਹੜਾ ਰਸਤਾ ਹੈ, ਜਿਹੜਾ ਮੁੱਖ ਐਂਟਰੀ ਪੁਆਇੰਟ ਹੈ, ਉਸ ਤੋਂ ਅੰਦਰ ਜਾ ਰਹੇ ਹਾਂ, ਯਾਨੀ ਕਿ ਅਸੀਂ PAP ਚੌਂਕ ਤੋਂ ਅੰਦਰ ਜਾ ਰਹੇ ਹਾਂ, ਜਿੱਥੇ ਤੁਸੀਂ ਸਾਹਮਣੇ ਵੀ ਦੇਖ ਸਕਦੇ ਹੋ ਬੋਰਡ ਲੱਗਿਆ ਜਲੰਧਰ ਆਉਣ 'ਤੇ ਆਪ ਜੀ ਦਾ ਸਵਾਗਤ ਹੈ, ਵੈਲਕਮ ਟੂ ਜਲੰਧਰ। ਇੱਥੇ ਹੁਣ ਅਸੀਂ ਦੇਖਦੇ ਪਏ ਹਾਂ ਸਾਹਮਣੇ ਕਿ ਬਿਲਕੁਲ ਕੋਈ ਨਾਕਾ ਨਹੀਂ ਲਗਾਇਆ ਗਿਆ, ਸੂਬੇ 'ਚ ਹਾਈ ਅਲਰਟ ਚੱਲ ਰਿਹਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਮੁੱਖ ਮੰਤਰੀ ਵੀ ਜਲੰਧਰ 'ਚ ਹਨ, ਪਰ ਬਾਵਜੂਦ ਇੱਥੇ ਕੋਈ ਵੀ ਨਾਕਾਬੰਦੀ ਨਹੀਂ ਹੈ, ਨਾ ਇਸੇ ਖੱਬੇ ਪਾਸੇ ਨਾ ਸੱਜੇ ਪਾਸੇ। ਇਸ ਤੋਂ ਅਸੀਂ ਅੱਗੇ ਦੇਖਦੇ ਸਕਦੇ ਹਾਂ ਕਿ ਮੁੱਖ ਰਸਤੇ ਦੇ ਵਿੱਚ ਜਿੱਥੋਂ ਅਸੀਂ ਐਂਟਰ ਕਰਨਾ ਹੈ ਜਲੰਧਰ ਦੇ ਵਿੱਚ, ਇੱਥੇ ਕਿਸੇ ਵੀ ਤਰ੍ਹਾਂ ਦੀ ਨਾਕਾਬੰਦੀ ਨਹੀਂ ਹੈ, ਯਾਨੀ ਕਿ ਜਲੰਧਰ ਪੁਲਿਸ ਵੱਲੋਂ ਜਿਹੜਾ ਹਾਈ ਅਲਰਟ ਨੂੰ ਲੈ ਕੇ ਇੱਥੇ ਨਾਕਾਬੰਦੀ ਹੋਣੀ ਚਾਹੀਦੀ ਸੀ, ਉਹ ਨਹੀਂ ਹੈ। ਇਸ ਤੋਂ ਅੱਗੇ ਹੀ ਜਿਵੇਂ ਅਸੀਂ ਜਾ ਰਹੇ ਹਾਂ, ਅੱਗੇ ਕੁਝ ਹੀ ਮੀਟਰ ਦੀ ਦੂਰੀ ਦੇ ਉੱਤੇ BSF ਚੌਂਕ ਹੈ, ਜਿੱਥੇ ਕਿ BSF ਦਾ ਹੈੱਡਕੁਆਟਰ ਹੈ। ਤੁਸੀਂ ਉਸ ਅਸੀਂ ਉਹ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ BSF ਹੈੱਡਕੁਆਟਰ ਦੇ ਕੋਲ ਵੀ ਕੋਈ ਨਾਕਾਬੰਦੀ ਹੈ ਜਾਂ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਕਿ ਅਸੀਂ ਬਿਲਕੁਲ BSF ਚੌਂਕ ਵੱਲ ਜਾਣ ਦੀ ਜਾ ਰਹੇ ਹਾਂ ਅਤੇ ਅਸੀਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੱਸ ਸਟੈਂਡ ਦਾ ਬੋਰਡ ਵੀ ਲੱਗਿਆ ਡਿਫੈਂਸ ਕਲੋਨੀ ਦਾ। ਹੁਣ ਥੋੜ੍ਹੀ ਹੀ 100 ਮੀਟਰ ਦੇ ਕਰੀਬ 100 ਮੀਟਰ ਦੀ ਦੂਰੀ 'ਤੇ BSF ਚੌਂਕ ਹੈ, ਦੇਖਦੇ ਹਾਂ ਕਿ ਇੱਥੇ ਨਾਕਾਬੰਦੀ ਹੈ ਜਾਂ ਨਹੀਂ। ਅਸੀਂ ਹੁਣ ਬਿਲਕੁਲ BSF ਚੌਂਕ ਦੇ ਕੋਲ ਪਹੁੰਚ ਚੁੱਕੇ ਹਾਂ, ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ BSF ਚੌਂਕ ਹੈ। ਇੱਥੇ ਵੀ ਕੋਈ ਵੀ PCR ਦੀ ਗੱਡੀ ਜਾਂ ਕੋਈ ਨਾਕਾਬੰਦੀ ਨਹੀਂ ਹੈ, ਨਾ ਕੋਈ ਚੈਕਿੰਗ ਹੈ। ਗੱਡੀਆਂ ਤੁਸੀਂ ਦੇਖ ਸਕਦੇ ਹੋ ਨਿਕਲ ਕੇ ਜਾ ਰਹੀਆਂ ਹਨ, ਜਿਹੜੀਆਂ ਲੁਧਿਆਣੇ ਵਾਲੀ ਸਾਈਡ ਤੋਂ ਜਾਂ ਪਠਾਨਕੋਟ ਵਾਲੀ ਸਾਈਡ ਤੋਂ ਗੱਡੀਆਂ ਸ਼ਹਿਰ ਦੇ ਵਿੱਚ ਐਂਟਰ ਕਰ ਰਹੀਆਂ ਜਾਂ ਦਿੱਲੀ ਵਾਲੇ, ਉਹ ਸਿੱਧਾ ਐਂਟਰ ਕਰ ਰਹੀਆਂ। ਇੱਥੇ ਵੀ ਕੋਈ ਨਾਕਾਬੰਦੀ ਨਹੀਂ ਹੈ ਅਤੇ ਇਹ BSF ਚੌਂਕ ਦਾ ਨਜ਼ਾਰਾ ਤੁਸੀਂ ਦੇਖ ਰਹੇ ਹੋ। ਹੁਣ ਅਸੀਂ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ 'ਚ ਖੜ੍ਹੇ ਹਾਂ, ਤੁਸੀਂ ਇੱਥੇ ਵੀ ਦੇਖ ਸਕਦੇ ਹੋ ਚਾਰੇ ਪਾਸੇ ਕਿਸੇ ਵੀ ਤਰ੍ਹਾਂ ਦੀ ਨਾਕਾਬੰਦੀ ਨਹੀਂ ਕੀਤੀ ਗਈ। ਇੱਧਰ ਇੱਕ PCR ਵੈਨ ਖੜ੍ਹੀ ਹੈ ਜਿਸ 'ਚ ਇੱਕ ਮੁਲਾਜ਼ਮ ਬੈਠਾ ਹੈ, ਪਰ ਇਸ ਤੋਂ ਇਲਾਵਾ ਬਾਕੀ ਕੋਈ ਮੁਲਾਜ਼ਮ ਨਹੀਂ, ਸ਼ਾਇਦ ਉਹ ਕਿੱਥੇ ਨੇ ਇਸ ਬਾਰੇ ਕੁਛ ਨਹੀਂ ਹੋ ਪਤਾ ਲੱਗ ਰਿਹਾ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਜਾਣਨ ਦੀ ਕਿ ਬਾਕੀ ਮੁਲਾਜ਼ਮ ਕਿੱਥੇ ਨੇ। ਭਾਜੀ ਇੱਥੇ ਕਿੰਨੇ ਮੁਲਾਜ਼ਮਾਂ ਦੀ ਡਿਊਟੀ ਹੈ? ਸਰ 2 ਮੁਲਾਜ਼ਮਾਂ ਦੀ ਡਿਊਟੀ। ਦੂਜਾ ਮੁਲਾਜ਼ਮ ਕਿੱਥੇ ਹੈ? ਅੱਜ ਨਹੀਂ ਲੱਗੇ ਮੁਲਾਜ਼ਮ, ਆਏ ਨਹੀਂ। ਅੱਜ ਡਿਊਟੀ ਕਿੰਨਾ ਦੀ ਹੈ? ਅੱਜ ਮੇਰੀ ਡਿਊਟੀ ਹੈ ਸਰ ਇੱਥੇ। ਇੱਥੇ ਇੱਕੋ ਮੁਲਾਜ਼ਮ ਦੀ ਡਿਊਟੀ ਹੈ? ਕੀ ਡਿਊਟੀ ਹੈ ਤੁਹਾਡੀ ਅੱਜ? ਸਾਡੀ ਗੱਡੀ ਇੱਥੇ ਲੱਗਦੀ ਹੈ ਸਰ। ਨਹੀਂ, ਗੱਡੀ ਲੱਗੀ ਦੀ ਕੋਈ ਚੈਕਿੰਗ ਕਰਨੀ ਹੁੰਦੀ ਜਾਂ ਕੁਛ ਕਰਨਾ ਹੁੰਦਾ? ਕੀ ਇੱਥੇ ਖੜੀ ਹੈ ਗੱਡੀ, ਇੱਕ ਬਸ ਨਾਕੇ 'ਤੇ ਲੱਗਦੀ ਹੈ ਗੱਡੀ। ਨਾਕਾ ਕਿੱਥੇ ਹੈ? ਨਾਕਾ ਨਹੀਂ ਸਰ, ਗੱਡੀ ਲੱਗਦੀ ਹੈ, ਇਕੱਲੀ ਗੱਡੀ, ਰਾਤ ਨੂੰ ਨਾਈਟ ਗੱਡੀ ਲੱਗਦੀ ਹੈ। ਨਹੀਂ, ਕਿਸ ਕਰਕੇ ਲੱਗਦੀ ਥੋੜ੍ਹਾ ਦੱਸੋ ਨਾ, ਜੇ ਗੱਡੀ ਖੜੀ ਹੈ ਕੋਈ ਉਹਦਾ ਮਕਸਦ ਤਾਂ ਹੁੰਦਾ ਨਾ ਜੀ। ਸਾਡੀ MT ਵੱਲੋਂ ਗੱਡੀ ਲੱਗਦੀ ਹੈ ਸਰ, MT ਬ੍ਰਾਂਚ ਵੱਲੋਂ ਗੱਡੀ ਲੱਗਦੀ ਹੈ।
ਨਹੀਂ ਮਤਲਬ ਇਹੀ ਹੈ ਨਾ, ਜੇ ਕੋਈ ਇੱਥੇ ਕੋਈ ਅਜਿਹੀ ਕੋਈ ਕਾਰਵਾਈ ਹੁੰਦੀ ਜਾਂ ਕੋਈ ਆਉਂਦਾ ਜਾਂ ਕੋਈ ਨਾਕਾਬੰਦੀ ਚੈਕਿੰਗ ਹੁੰਦੀ, ਕੋਈ ਇਸ ਤਰ੍ਹਾਂ ਦੀ ਹੈ? ਨਹੀਂ ਚੈਕਿੰਗ ਨਹੀਂ, ਬਸ ਗੱਡੀ ਹੈ ਵੀ ਇੱਥੇ ਚੈਕਿੰਗ ਵਾਸਤੇ, ਵੀ ਨਿਗਰਾਨੀ ਵਾਸਤੇ ਗੱਡੀ ਲੱਗੀ। ਅੱਜ ਇੱਕ ਮੁਲਾਜ਼ਮ ਕਿਉਂ ਦੂਜਾ ਮੁਲਾਜ਼ਮ ਸਰ? ਉਹ ਜਿਹੜੇ ਏਰੀਏ 'ਚ ਥਾਣੇ ਦੇ ਏਰੀਏ 'ਚ ਗੱਡੀ ਲੱਗਦੀ ਹੈ, ਜਿੱਦਾਂ ਅੱਜ 6 ਨੰਬਰ ਏਰੀਏ ਦਾ ਪੈਂਦਾ ਹੈ, ਅਤੇ ਉੱਥੋਂ ਥਾਣੇ ਤੋਂ ਭੇਜਦੇ ਆ ਮੁਲਾਜ਼ਮ। ਅੱਜ ਪਤਾ ਨਹੀਂ ਮੈਂ ਉਹਨਾਂ ਨੇ ਭੇਜਿਆ ਕਿਉਂ ਨਹੀਂ। ਤੁਹਾਡੀ ਕੀ ਪੋਸਟ ਹੈ? ਮੈਂ ਕੋਂਸਟੇਬਲ ਡਰਾਈਵਰ ਹਾਂ ਸਰ। ਕੋਂਸਟੇਬਲ ਡਰਾਈਵਰ ਦੇ ਨਾਲ ਕੀ ਜੋ ਮਕਸਦ ਇੱਥੇ ਲਗਾਉਣ ਦਾ ਉਹ ਪੂਰਾ ਹੋ ਰਿਹਾ ਤੁਹਾਡੇ ਹਿਸਾਬ ਨਾਲ? ਹਾਂਜੀ, ਦੋ ਬੰਦਿਆਂ ਨਾਲ ਮਕਸਦ ਪੂਰਾ ਹੋਣਾ ਨਾ? ਹਾਂਜੀ ਹਾਂਜੀ ਸਰ, ਪਰ ਨਹੀਂ ਹੋ ਰਿਹਾ ਨਾ? ਹਾਂਜੀ ਸਰ, ਤੁਹਾਨੂੰ ਪਤਾ ਪੂਰਾ ਪੰਜਾਬ ਹਾਈ ਅਲਰਟ 'ਤੇ ਚੱਲ ਰਿਹਾ। ਹਾਂਜੀ ਹਾਂਜੀ ਸਰ, ਇਸ ਦੇ ਬਾਵਜੂਦ ਅੱਜ ਕਿਉਂ ਨਹੀਂ ਮੁਲਾਜ਼ਮ ਦੂਜਾ ਲਾਇਆ? ਸਰ ਉਹ ਥਾਣੇ ਵਾਲੇ ਨੂੰ ਪਤਾ, ਹੁਣ ਥਾਣੇ ਵਾਲੇ ਲਾ ਸਕਦੇ ਆ। ਮੈਂ ਤਾਂ ਇੱਥੇ ਆਪਦੀ ਡਿਊਟੀ ਕਰ ਰਿਹਾ, ਮੈਂ ਗੱਡੀ ਲੈ ਕੇ ਆ ਗਿਆ ਮੇਰੀ ਇੱਥੇ। ਅਜੀਤ, ਤੁਹਾਡਾ ਨਾਮ? ਮੇਰਾ ਨਾਮ ਬਾਲ ਕ੍ਰਿਸ਼ਨ ਹੈ ਸਰ। ਅਜੀਤ, ਤੁਸੀਂ ਦੇਖਿਆ ਕਿ ਇੱਥੇ ਇੱਕ 6 ਨੰਬਰ ਥਾਣੇ ਦੇ ਕੋਂਸਟੇਬਲ ਬਾਲ ਕ੍ਰਿਸ਼ਨ ਹੈ, ਜਿੱਥੇ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਇੱਥੇ 2 ਮੁਲਾਜ਼ਮਾਂ ਦੀ ਡਿਊਟੀ ਹੈ ਨਾਕਾਬੰਦੀ ਨੂੰ ਜਾਂ ਚੈਕਿੰਗ ਕਰਨ ਨੂੰ, ਪਰ ਹਾਈ ਅਲਰਟ ਦੇ ਬਾਵਜੂਦ ਸਿਰਫ ਇੱਥੇ ਇੱਕ ਹੀ ਮੁਲਾਜ਼ਮ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਪੁਲਿਸ ਹਾਈ ਅਲਰਟ ਦੇ ਬਾਵਜੂਦ ਕਿੰਨੀ ਕੁ ਅਲਰਟ ਹੈ। ਇਸ ਤੋਂ ਬਾਅਦ ਅਸੀਂ ਹੁਣ ਤੁਹਾਨੂੰ ਹੋਟਲ ਸਕਾਈਲਰ ਚੌਂਕ 'ਚ ਵੀ ਦਿਖਾ ਕੇ ਦਿਖਾਵਾਂਗੇ। ਉੱਥੇ ਇੱਕ ਨਾਕਾ ਲੱਗਿਆ ਕਿ ਉਸ ਨਾਕੇ ਦੇ ਵਿੱਚ ਨਾਕਾਬੰਦੀ ਦੇ ਦੌਰਾਨ ਗੱਡੀਆਂ ਦੀ ਚੈਕਿੰਗ ਹੋ ਰਹੀ ਹੈ ਜਾਂ ਨਹੀਂ, ਇਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਹੁਣ ਹੋਟਲ ਸਕਾਈਲਾਰਕ ਚੌਂਕ 'ਚ ਆ ਚੁੱਕੇ ਹਾਂ। ਇੱਥੇ ਇੱਕ ਨਾਕਾ ਲੱਗਿਆ, ਅਸੀਂ ਦੇਖ ਸਕਦੇ ਹਾਂ, ਤੁਸੀਂ ਵੀ ਦੇਖ ਸਕਦੇ ਹੋ ਕਿ ਇੱਥੇ ਗੱਡੀ ਰੋਕ, ਜਿਹੜੀ ਅੱਗੇ ਸਾਡੇ ਗੱਡੀ ਜਾ ਰਹੀ ਸੀ ਉਹਨੂੰ ਚੈੱਕ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਉਹਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਜੀ। ਇਹ ਹੋਟਲ ਸਕਾਈਲਾਰਕ ਚੌਂਕ ਹੈ, ਤੁਸੀਂ ਦੇਖ ਸਕਦੇ ਹੋ ਉੱਥੇ ਜਿਹੜੀ ਨਾਕਾਬੰਦੀ ਪੂਰੀ ਤਰ੍ਹਾਂ, ਜਿਹੜੀ ਮੇਰੇ ਅੱਗੇ ਗੱਡੀ ਜਾ ਰਹੀ ਸੀ ਉਹਨੂੰ ਚੈੱਕ ਕੀਤਾ ਜਾ ਰਿਹਾ, ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ। ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਕ ਥਾਣੇਦਾਰ ਅਤੇ 2 ਜਿਹੜੇ ਹੌਲਦਾਰ ਹੈ ਉਹ ਇਹਨੂੰ ਚੈੱਕ ਕਰ ਰਹੇ ਨੇ। ਜੀ ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਹੋਟਲ ਸਕਾਈਲਾਰਕ ਚੌਂਕ 'ਚ ਜਿਹੜਾ ਨਾਕਾ ਲੱਗਿਆ, ਉੱਥੇ ਜਿਹੜੇ ਪੁਲਿਸ ਕਰਮ ਖੜ੍ਹੇ ਜਿਹੜੇ ਇੱਥੇ ਪੁਲਿਸ ਕਰਮਚਾਰੀ ਖੜ੍ਹੇ ਨੇ ਪੂਰੀ ਤਰ੍ਹਾਂ ਮੁਸਤੈਦ ਹੈ, ਸਾਰੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜੀ, ਤੁਹਾਡਾ ਨਾਮ? ਸੁਖਦੇਵ ਸਿੰਘ। ਯੈਸ, ਸੁਖਦੇਵ ਸਿੰਘ ਜੀ, ਤੁਸੀਂ ਇੱਥੇ ਨਾਕਾਬੰਦੀ ਕੀਤੀ, ਹਾਈ ਅਲਰਟ ਹੈ, ਕਿਸ ਕਰਕੇ ਕੀਤੀ ਹੈ? ਇਹ ਸਾਨੂੰ ਆਪਣੇ ਸ਼੍ਰੀ ਮਾਨ ਸੀ ਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਨਾਕਾ ਲਗਾਇਆ ਸਕਾਈਲਾਰਕ ਚੌਂਕ ਵਿੱਚ। ਹਰ ਇੱਕ ਆਉਣ ਜਾਣ ਵਾਲੀ ਗੱਡੀ ਨੂੰ ਅਸੀਂ ਚੈੱਕ ਕਰਦੇ ਹਾਂ ਚੰਗੀ ਤਰ੍ਹਾਂ ਦੇ, ਕੋਈ ਇਹੋ ਜਿਹੀ ਕੋਈ ਅਨਸਾਫੀ ਘਟਨਾ ਨਾ ਵਾਪਰ ਸਕੇ ਜਾਂ ਕੋਈ ਇਹੋ ਜਿਹਾ ਬੰਦਾ ਨਾ ਜੇ ਕੋਈ ਗਲਤ ਹਰਕਤ ਕਰਕੇ ਜਾਵੇ ਇਹਨੂੰ। ਜੀ ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਦਾ ਸਿਰਫ ਇੱਕ ਹੋਟਲ ਸਕਾਈਲਾਰਕ ਚੌਂਕ ਹੈ ਜਿੱਥੇ ਪੂਰੀ ਮੁਸਤੈਦੀ ਦਿਖਾਈ ਜਾ ਰਹੀ ਹੈ, ਜਿਹੜੀਆਂ ਵੀ ਇੱਥੇ ਗੱਡੀਆਂ ਆਉਣ ਜਾਣ ਵਾਲੀਆਂ ਉਹਨਾਂ ਦੀ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦਿਖਾਇਆ ਕਿ ਜਲੰਧਰ ਦੇ ਜਿੰਨੇ ਵੀ ਚੌਂਕ ਹੈ, ਜਿੰਨੇ ਵੀ ਜਲੰਧਰ 'ਚ ਆਉਣ ਵਾਲੇ ਰਸਤੇ ਨੇ, ਉਹਨਾਂ 'ਤੇ ਕਿਸੇ ਤਰ੍ਹਾਂ ਦੀ ਚੈਕਿੰਗ ਨਹੀਂ। ਪਰ
ਜਲੰਧਰ ਪੁਲਿਸ ਆਪਣੇ ਆਪ ਨੂੰ ਹਾਈ ਅਲਰਟ 'ਤੇ ਕਹਿ ਰਹੀ ਹੈ, ਪੂਰਾ ਸੂਬਾ ਹਾਈ ਅਲਰਟ 'ਤੇ ਹੈ, ਪਰ ਬਾਵਜੂਦ ਇਸੇ ਜਲੰਧਰ ਪੁਲਿਸ ਦੀ ਕਿੰਨੀ ਕੁ ਮੁਸਤੈਦੀ ਹੈ ਇਹ ਤੁਸੀਂ ਦੇਖ ਹੀ ਲਿਆ ਹੈ। ਅਸੀਂ ਆਪਣੀ ਇਸ ਪੂਰੀ ਰਿਪੋਰਟ ਦੇ ਵਿੱਚ ਦਿਖਾਇਆ ਕਿ ਪੰਜਾਬ ਹਾਈ ਅਲਰਟ 'ਤੇ ਚੱਲ ਰਿਹਾ ਹੈ, ਅਤੇ ਉਸ ਤੋਂ ਵੱਡੀ ਗੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲੰਧਰ ਸ਼ਹਿਰ ਦੇ ਵਿੱਚ ਹੈ, ਬਾਵਜੂਦ ਉਸਦੇ ਸ਼ਹਿਰ ਦੀ ਸੁਰੱਖਿਆ ਕਿੰਨੀ ਕੁ ਹੈ ਤੁਸੀਂ ਸਾਡੀ ਪੂਰੀ ਰਿਪੋਰਟ ਦੇ ਵਿੱਚ ਦੇਖਿਆ। ਅਸੀਂ PAP ਚੌਂਕ ਤੋਂ ਇਲਾਵਾ BMC ਚੌਂਕ, ਗੁਰੂ ਨਾਨਕ ਮਿਸ਼ਨ ਚੌਂਕ ਅਤੇ ਸਕਾਈਲਾਰਕ ਚੌਂਕ 'ਚ ਦੇਖਿਆ, ਕਿਤੇ ਵੀ ਕਿਸੇ ਤਰ੍ਹਾਂ ਦੀ ਨਾਕਾਬੰਦੀ ਨਹੀਂ ਸੀ। ਜੇ ਕਿਤੇ ਨਾਕਾਬੰਦੀ ਸੀ, ਉਹ ਹੋਟਲ ਸਕਾਈਲਾਰਕ ਚੌਂਕ ਦੇ ਵਿੱਚ ਗੱਡੀਆਂ ਨੂੰ ਰੋਕਿਆ ਜਾ ਰਿਹਾ ਸੀ, ਚੈਕਿੰਗ ਕੀਤੀ ਜਾ ਰਹੀ ਸੀ, ਉੱਥੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਸੀ। ਪਰ ਇਸ ਦੇ ਬਾਵਜੂਦ ਪੂਰੇ ਸ਼ਹਿਰ ਦੀ ਗੱਲ ਕੀਤੀ ਜਾਵੇ, ਖਾਸ ਕਰਕੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਅਸੀਂ ਗਏ, ਉੱਥੇ ਸੁਰੱਖਿਆ ਰਾਮ ਭਰੋਸੇ ਹੈ, ਅਤੇ ਤੁਸੀਂ ਇਹ ਦੇਖ ਸਕਦੇ ਹੋ ਹਾਈ ਅਲਰਟ ਤੋਂ ਬਾਅਦ ਜਲੰਧਰ ਪੁਲਿਸ ਦਾ ਇਹ ਹਾਲ ਹੈ। ਕੈਮਰਾਮੈਨ ਨਿਖਿਲ ਸ਼ਰਮਾ ਦੇ ਨਾਲ ਪਰਮਜੀਤ ਸਿੰਘ ਰੰਗਪੁਰੀ, ਡੇਲੀ ਪੋਸਟ ਪੰਜਾਬੀ, ਜਲੰਧਰ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਅਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ, ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563 92563 'ਤੇ।